Inspire Punjab TV ਤੇ ਤੁਹਾਡਾ ਸਵਾਗਤ ਹੈ। ਪਿਛਲੇ ਦਿਨੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੁੱਚਾ ਲੰਗਾਰ ਨੂੰ ਮਾਫੀ ਦੇ ਕੇ ਪੰਥ ਵਿੱਚ ਫਿਰ ਤੋਂ ਸ਼ਾਮਲ ਕਰ ਲਿਆ ਗਿਆ। ਜਿਸ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਨੇ ਜਿਦੇ ਵਿੱਚ ਉਹ ਕਹਿੰਦੇ ਆ ਹਰਪ੍ਰੀਤ ਪੀ ਐਚ ਡੀ ਨੂੰ ਅਗਰ ਕੋਈ ਬਾਦਲਾਂ ਦਾ ਝੋਲੀ ਚੁੱਕ ਜਾਂ ਪਹਾੜੇ ਦਾ ਜਥੇਦਾਰ ਕਹਿ ਦੇਵੇ ਤਾਂ ਕਹਿੰਦਾ ਖਾਲਸਾਈ ਰਵਾਇਤਾਂ ਮੁਤਾਬਕ ਜੀਪ ਪਿੱਛੇ ਘੜੀ ਅਸਕੇ ਲਿਆਵਾਂਗੇ। ਅਖੇ ਖਾਲਸੇ ਦੀਆਂ ਸਜਾਵਾਂ ਬਹੁਤ ਸਖਤ ਹੁੰਦੀਆਂ ਨੇ ਤੇ ਆ ਲੰਗਾ ਨੂੰ ਸਜ਼ਾ ਕਿਹੜੇ ਸੰਵਧਾਨ ਮੁਤਾਬਕ ਸੁਣਾਈ ਆ ਜੇਕਰ ਕੋਈ ਤਿੰਨਾਂ ਹਫ਼ਤਿਆਂ ਤੋਂ ਲਗਾਤਾਰ ਭਾਂਡਿਆਂ ਦੀ ਸੇਵਾ ਗੁਰਵਾਣੀ ਸਰਵਣ ਕਰਨ ਦੀ ਸੇਵਾ ਪ੍ਰਚਾਰਕਾਂ ਨੂੰ 50160 ਪਾਉਂਡ ਦਾ ਚੜਾਵਾ ਚੜਾਉਣ ਦੇ ਬਾਵਜੂਦ ਕਮੇਟੀ ਵਿੱਚ ਨਾ ਹੋਵੇ ਤਾਂ ਸਮਝ ਲਿਓ ਕਿਤੇ ਮੂੰਹ ਕਾਲਾ ਕਰਾ ਕੇ ਆਇਆ ਲੰਗਾ ਵਾਂਗ ਅਗਲੀ ਪੋਸਟ ਵਿੱਚ ਉਹ ਕਹਿੰਦੇ ਆ ਇੰਨਾ ਤਿੰਨਾ ਹੀ ਬੰਦਿਆਂ ਦੀ ਕਰਤੂਤ ਇੱਕ ਹੀ ਹੈ ਇਲਜ਼ਾਮ ਇੱਕ ਹੀ ਹੈ ਬਲਾਤਕਾਰ ਹੀ ਤਾਂ ਸਜ਼ਾਵਾਂ ਵੱਖੋ-ਵੱਖਰੀਆਂ ਕਿਉਂ ਇਸ ਤੋਂ ਇਲਾਵਾ ਇੱਕ ਬਾਬਾ ਹੁਸ਼ਿਆਰਪੁਰ ਤੋਂ ਸੀ ਜਿਸ ਦੀ ਸ਼ਿਕਾਇਤ ਅਕਾਲ ਤਖਤ ਦੇ ਜਥੇਦਾਰ ਗੁਰਵਚਨ ਸਿੰਘ ਕੋਲ ਪਹੁੰਚੀ ਪਰ ਜਥੇਦਾਰ ਨੇ ਮੁਆਫੀ ਦੇ ਦਿੱਤੀ ਤੇ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਹੁਣ ਹਰਪ੍ਰੀਤ ਸਿੰਘ ਨੇ ਸੁੱਚਾ ਸਿਉ ਨੂੰ ਮੁਆਫੀ ਦਿੱਤੀ ਹੈ ਜੇਕਰ ਉਹ ਔਰਤ ਅਦਾਲਤ ਵਿੱਚ ਚਲੀ ਜਾਂਦੀ ਹੈ ਲੰਗਾ ਨੂੰ ਸਜ਼ਾ ਹੋ ਜਾਵੇ ਅਸ ਤੋਂ ਬਾਅਦ ਜਥੇਦਾਰ ਦੀ ਕੀਮਤ ਰਹਿ ਜਾਵੇਗੀ ਮਨਜੀਤ ਸਿੰਘ ਸਿਡਨੀ ਅਗਲੀ ਪੋਸਟ ਵਿੱਚ ਉਹ ਕਹਿੰਦੇ ਆ ਜੇ ਵਿਆਹ ਕਰਵਾ ਕੇ ਵੀ ਨਜਾਇਜ਼ ਰਿਸ਼ਤਾ ਰੱਖਣਾ ਜਾਂ ਬਲਾਤਕਾਰ ਕਰਨਾ ਤਾਂ ਸ਼ਰਮਣੀ ਕਮੇਟੀ ਤੇ ਅਕਾਲ ਦਖਤ ਵਾਲਿਆਂ ਨਾਲ ਯਾਰੀ ਹੋਣੀ ਚਾਹੀਦੀ ਆ ਜੇ ਫੜੇਗੇ ਤਾਂ ਸਜ਼ਾ ਪਾਠ ਕਰਨ ਜਾਂ ਭਾਂਡੇ ਮਾਂਜਣ ਦੀ ਹੀ ਮਿਲੂ ਬਾਕੀ ਇਹਨਾਂ ਪੋਸਟਾਂ ਦੇ ਸੰਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਪਹਿਲੀ ਵਾਰ ਤੁਸੀਂ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ